ਧੋਤੀ ਪਹਿਨ ਕੇ ਆਏ ਇੱਕ ਬਜ਼ੁਰਗ ਨੂੰ ਮਾਲ ਦੇ ਸਿਕਿਉਰਿਟੀ ਗਾਰਡ ਦੇ ਵੱਲੋਂ ਰੋਕਣਾ ਇਹਨਾਂ ਮਾਲ ਵਾਲਿਆਂ ਨੂੰ ਮਹਿੰਗਾ ਪੈ ਗਿਆ, ਕਿਉਂਕਿ ਸਰਕਾਰ ਨੇ ਹੁਣ ਇਸ ਮਾਲ ਤੇ ਤਾਲਾ ਜੜ ਦਿੱਤਾ ਹੈ। ਦਰਅਸਲ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਕਿਸਾਨ ਧੋਤੀ ਕੁੜਤਾ ਪਹਿਨੇ ਆਪਣੇ ਪੁੱਤ ਦੇ ਨਾਲ ਮਾਲ ਦੇ ਵਿੱਚ ਮੂਵੀ ਦੇਖਣ ਆਇਆ ਸੀ, ਪਰ ਇਸ ਤੋਂ ਪਹਿਲਾਂ ਕਿ ਉਹ ਮੂਵੀ ਦੇਖਦੇ ਤਾਂ ਬਾਹਰ ਸਿਕਿਉਰਿਟੀ ਗਾਰਡ ਨੇ ਪੁੱਤ ਨੂੰ ਤਾਂ ਮਾਲ ਦੇ ਅੰਦਰ ਜਾਣ ਦਿੱਤਾ ਪਰ ਪਿਓ ਨੂੰ ਬਾਹਰ ਹੀ ਰੋਕ ਦਿੱਤਾ। ਜਦੋਂ ਕਿਸਾਨ ਨੇ ਇਸਦਾ ਕਾਰਨ ਪੁੱਛਿਆ ਤਾਂ ਸਿਕਿਉਰਿਟੀ ਗਾਰਡ ਨੇ ਕਿਹਾ ਕਿ ਤੁਸੀਂ ਧੋਤੀ ਕੁੜਤਾ ਪਹਿਨਿਆ ਹੋਇਆ ਹੈ, ਪਹਿਲਾਂ ਪੈਂਟ ਪਹਿਨ ਕੇ ਆਓ ਫਿਰ ਐਂਟਰੀ ਮਿਲੇਗੀ। ਇਸ ਤੇ ਕਿਸਾਨ ਦੇ ਵੱਲੋਂ ਵਿਰੋਧ ਵੀ ਕੀਤਾ ਗਿਆ। ਕਿਸਾਨ ਦੇ ਪੁੱਤ ਵੱਲੋਂ ਵੀ ਸਿਕਿਉਰਿਟੀ ਗਾਰਡ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸੇ ਨੂੰ ਲੈ ਕੇ ਸਿਕਿਉਰਿਟੀ ਗਾਰਡ ਨੇ ਕਿਹਾ ਕਿ ਮਾਲਸ ਦੇ ਕੁਝ ਰੂਲਸ ਨੇ ਜਿਸ ਕਰਕੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਸਕਦਾ। ਇਸ ਤੋਂ ਬਾਅਦ ਸਿਕਿਉਰਿਟੀ ਗਾਰਡ ਦੇ ਨਾਲ ਤੇ ਮਾਲ ਦੇ ਪ੍ਰਬੰਧਕਾਂ ਦੇ ਨਾਲ ਕਾਫੀ ਬਹਿਸ ਹੁੰਦੀ ਹੈ, ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ। ਇਸੇ ਵੀਡੀਓ ਨੂੰ ਲੈ ਕੇ ਹੀ ਸਰਕਾਰ ਦੇ ਵੱਲੋਂ ਤੁਰੰਤ ਐਕਸ਼ਨ ਲਿਆ ਜਾਂਦਾ ਹੈ ਤੇ ਇਸ ਮਾਲ ਨੂੰ 7 ਦਿਨ ਲਈ ਤਾਲਾ ਜੜ ਦਿੱਤਾ ਜਾਂਦਾ ਹੈ। ਮਾਮਲਾ ਕਰਨਾਟਕ ਦੇ ਬੈਂਗਲੌਰ ਦਾ ਹੈ, ਜਿੱਥੇ ਬੈਂਗਲੁਰੂ ਦੇ GT ਮਾਲ ਦੇ ਵਿੱਚ ਇਹ ਬਜ਼ੁਰਗ ਕਿਸਾਨ ਆਪਣੇ ਪੁੱਤ ਦੇ ਨਾਲ ਮੂਵੀ ਦੇਖਣ ਆਇਆ ਹੋਇਆ ਸੀ, ਜਿਸਨੇ ਧੋਤੀ ਕੁੜਤਾ ਪਹਿਨਿਆ ਹੋਇਆ ਸੀ। ਪੁੱਤ ਨੇ ਜਿਸਨੇ ਪੈਂਟ ਟੀ ਸ਼ਰਟ ਪਾਈ ਸੀ ਉਸਨੂੰ ਤਾਂ ਅੰਦਰ ਜਾਣ ਦਿੱਤਾ, ਪਰ ਧੋਤੀ ਕੁੜਤਾ ਪਹਿਨੇ ਇਸ ਕਿਸਾਨ ਬਜ਼ੁਰਗ ਪਿਓ ਨੂੰ ਬਾਹਰ ਹੀ ਰੋਕ ਲਿਆ ਗਿਆ, ਜਿਸ ਤੇ ਸਿਕਿਉਰਿਟੀ ਗਾਰਡ ਨੇ ਬਜ਼ੁਰਗ ਕਿਸਾਨ ਨੂੰ ਪੈਂਟ ਪਾ ਕੇ ਆਉਣ ਲਈ ਕਿਹਾ ਤਾਂ ਹੀ ਐਂਟਰੀ ਮਿਲੇਗੀ। ਇਸੇ ਨੂੰ ਲੈ ਕੇ ਸਾਰਾ ਵਿਵਾਦ ਸ਼ੁਰੂ ਹੋਇਆ ਤੇ ਜਦੋਂ ਇਹ ਮਾਮਲਾ ਸਰਕਾਰ ਤੱਕ ਪਹੁੰਚਿਆ ਤਾਂ ਸਰਕਾਰ ਨੇ ਤੁਰੰਤ ਇਸ ਤੇ ਐਕਸ਼ਨ ਲਿਆ ਅਤੇ ਇਸ ਮਾਲ ਨੂੰ 7 ਦਿਨ ਲਈ ਸੀਲ ਕਰ ਦਿੱਤਾ ਹੈ, ਤਾਲਾ ਲਗਾ ਦਿੱਤਾ ਹੈ। ਹਾਲਾਂਕਿ ਇਸ ਕਾਰਵਾਈ ਤੋਂ ਬਾਅਦ ਮਾਲ ਦੇ ਪ੍ਰਬੰਧਕਾਂ ਦੇ ਵੱਲੋਂ ਕਿਸਾਨ ਤੋਂ ਮਾਫੀ ਵੀ ਮੰਗੀ ਗਈ ਤੇ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਕਿ ਉਹਨਾਂ ਨੂੰ ਕਿਸਾਨ ਨੂੰ ਧੋਤੀ ਪਾ ਕੇ ਆਉਣ ਤੇ ਐਂਟਰੀ ਤੋਂ ਨਹੀਂ ਰੁਕਣਾ ਚਾਹੀਦਾ ਸੀ, ਪਰ ਫਿਲਹਾਲ ਹੁਣ ਇਸ ਮਾਲ ਨੂੰ 7 ਦਿਨ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਇੱਥੇ ਕਾਫੀ ਯੂਜ਼ਰਸ ਦੇ ਵੱਲੋਂ ਇਸ ਐਕਸ਼ਨ ਦੀ ਨਿੰਦਾ ਵੀ ਕੀਤੀ ਗਈ, ਜੋ ਮਾਲ ਵਾਲਿਆਂ ਨੇ ਬਜ਼ੁਰਗ ਨੂੰ ਧੋਤੀ ਪਾ ਕੇ ਅੰਦਰ ਜਾਣ ਤੋਂ ਰੋਕਿਆ ਤਾਂ ਇਸ ਤੇ ਯੂਜ਼ਰਸ ਨੇ ਕਾਫੀ ਭੜਾਸ ਵੀ ਕੱਢੀ। ਉਹਨਾਂ ਦਾ ਕਹਿਣਾ ਸੀ ਕਿ ਮਾਲ ਵਾਲੇ ਆਪਣੀ ਗਲਤੀ ਨੂੰ ਸੁਧਾਰਨ ਤੇ ਦੁਬਾਰਾ ਅਜਿਹੀ ਹਰਕਤ ਨਾ ਕਰਨ। ਧੋਤੀ ਪਹਿਨ ਕੇ ਆਏ ਇੱਕ ਬਜ਼ੁਰਗ ਨੂੰ ਮਾਲ ਦੇ ਸਿਕਿਉਰਿਟੀ ਗਾਰਡ ਦੇ ਵੱਲੋਂ ਰੋਕਣਾ ਇਹਨਾਂ ਮਾਲ ਵਾਲਿਆਂ ਨੂੰ ਮਹਿੰਗਾ ਪੈ ਗਿਆ, ਕਿਉਂਕਿ ਸਰਕਾਰ ਨੇ ਹੁਣ ਇਸ ਮਾਲ ਤੇ ਤਾਲਾ ਜੜ ਦਿੱਤਾ ਹੈ। ਦਰਅਸਲ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਕਿਸਾਨ ਧੋਤੀ ਕੁੜਤਾ ਪਹਿਨੇ ਆਪਣੇ ਪੁੱਤ ਦੇ ਨਾਲ ਮਾਲ ਦੇ ਵਿੱਚ ਮੂਵੀ ਦੇਖਣ ਆਇਆ ਸੀ, ਪਰ ਇਸ ਤੋਂ ਪਹਿਲਾਂ ਕਿ ਉਹ ਮੂਵੀ ਦੇਖਦੇ ਤਾਂ ਬਾਹਰ ਸਿਕਿਉਰਿਟੀ ਗਾਰਡ ਨੇ ਪੁੱਤ ਨੂੰ ਤਾਂ ਮਾਲ ਦੇ ਅੰਦਰ ਜਾਣ ਦਿੱਤਾ ਪਰ ਪਿਓ ਨੂੰ ਬਾਹਰ ਹੀ ਰੋਕ ਦਿੱਤਾ। ਜਦੋਂ ਕਿਸਾਨ ਨੇ ਇਸਦਾ ਕਾਰਨ ਪੁੱਛਿਆ ਤਾਂ ਸਿਕਿਉਰਿਟੀ ਗਾਰਡ ਨੇ ਕਿਹਾ ਕਿ ਤੁਸੀਂ ਧੋਤੀ ਕੁੜਤਾ ਪਹਿਨਿਆ ਹੋਇਆ ਹੈ, ਪਹਿਲਾਂ ਪੈਂਟ ਪਹਿਨ ਕੇ ਆਓ ਫਿਰ ਐਂਟਰੀ ਮਿਲੇਗੀ। ਇਸ ਤੇ ਕਿਸਾਨ ਦੇ ਵੱਲੋਂ ਵਿਰੋਧ ਵੀ ਕੀਤਾ ਗਿਆ। ਕਿਸਾਨ ਦੇ ਪੁੱਤ ਵੱਲੋਂ ਵੀ ਸਿਕਿਉਰਿਟੀ ਗਾਰਡ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸੇ ਨੂੰ ਲੈ ਕੇ ਸਿਕਿਉਰਿਟੀ ਗਾਰਡ ਨੇ ਕਿਹਾ ਕਿ ਮਾਲਸ ਦੇ ਕੁਝ ਰੂਲਸ ਨੇ ਜਿਸ ਕਰਕੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਸਕਦਾ। ਇਸ ਤੋਂ ਬਾਅਦ ਸਿਕਿਉਰਿਟੀ ਗਾਰਡ ਦੇ ਨਾਲ ਤੇ ਮਾਲ ਦੇ ਪ੍ਰਬੰਧਕਾਂ ਦੇ ਨਾਲ ਕਾਫੀ ਬਹਿਸ ਹੁੰਦੀ ਹੈ, ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ। ਇਸੇ ਵੀਡੀਓ ਨੂੰ ਲੈ ਕੇ ਹੀ ਸਰਕਾਰ ਦੇ ਵੱਲੋਂ ਤੁਰੰਤ ਐਕਸ਼ਨ ਲਿਆ ਜਾਂਦਾ ਹੈ ਤੇ ਇਸ ਮਾਲ ਨੂੰ 7 ਦਿਨ ਲਈ ਤਾਲਾ ਜੜ ਦਿੱਤਾ ਜਾਂਦਾ ਹੈ। ਮਾਮਲਾ ਕਰਨਾਟਕ ਦੇ ਬੈਂਗਲੌਰ ਦਾ ਹੈ, ਜਿੱਥੇ ਬੈਂਗਲੁਰੂ ਦੇ GT ਮਾਲ ਦੇ ਵਿੱਚ ਇਹ ਬਜ਼ੁਰਗ ਕਿਸਾਨ ਆਪਣੇ ਪੁੱਤ ਦੇ ਨਾਲ ਮੂਵੀ ਦੇਖਣ ਆਇਆ ਹੋਇਆ ਸੀ, ਜਿਸਨੇ ਧੋਤੀ ਕੁੜਤਾ ਪਹਿਨਿਆ ਹੋਇਆ ਸੀ। ਪੁੱਤ ਨੇ ਜਿਸਨੇ ਪੈਂਟ ਟੀ ਸ਼ਰਟ ਪਾਈ ਸੀ ਉਸਨੂੰ ਤਾਂ ਅੰਦਰ ਜਾਣ ਦਿੱਤਾ, ਪਰ ਧੋਤੀ ਕੁੜਤਾ ਪਹਿਨੇ ਇਸ ਕਿਸਾਨ ਬਜ਼ੁਰਗ ਪਿਓ ਨੂੰ ਬਾਹਰ ਹੀ ਰੋਕ ਲਿਆ ਗਿਆ, ਜਿਸ ਤੇ ਸਿਕਿਉਰਿਟੀ ਗਾਰਡ ਨੇ ਬਜ਼ੁਰਗ ਕਿਸਾਨ ਨੂੰ ਪੈਂਟ ਪਾ ਕੇ ਆਉਣ ਲਈ ਕਿਹਾ ਤਾਂ ਹੀ ਐਂਟਰੀ ਮਿਲੇਗੀ। ਇਸੇ ਨੂੰ ਲੈ ਕੇ ਸਾਰਾ ਵਿਵਾਦ ਸ਼ੁਰੂ ਹੋਇਆ ਤੇ ਜਦੋਂ ਇਹ ਮਾਮਲਾ ਸਰਕਾਰ ਤੱਕ ਪਹੁੰਚਿਆ ਤਾਂ ਸਰਕਾਰ ਨੇ ਤੁਰੰਤ ਇਸ ਤੇ ਐਕਸ਼ਨ ਲਿਆ
ਅਤੇ ਇਸ ਮਾਲ ਨੂੰ 7 ਦਿਨ ਲਈ ਸੀਲ ਕਰ ਦਿੱਤਾ ਹੈ, ਤਾਲਾ ਲਗਾ ਦਿੱਤਾ ਹੈ। ਹਾਲਾਂਕਿ ਇਸ ਕਾਰਵਾਈ ਤੋਂ ਬਾਅਦ ਮਾਲ ਦੇ ਪ੍ਰਬੰਧਕਾਂ ਦੇ ਵੱਲੋਂ ਕਿਸਾਨ ਤੋਂ ਮਾਫੀ ਵੀ ਮੰਗੀ ਗਈ ਤੇ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਕਿ ਉਹਨਾਂ ਨੂੰ ਕਿਸਾਨ ਨੂੰ ਧੋਤੀ ਪਾ ਕੇ ਆਉਣ ਤੇ ਐਂਟਰੀ ਤੋਂ ਨਹੀਂ ਰੁਕਣਾ ਚਾਹੀਦਾ ਸੀ, ਪਰ ਫਿਲਹਾਲ ਹੁਣ ਇਸ ਮਾਲ ਨੂੰ 7 ਦਿਨ ਦੇ ਲਈ ਬੰਦ ਕਰ ਦਿੱਤਾ ਗਿਆ। ਹਾਲਾਂਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਇੱਥੇ ਕਾਫੀ ਯੂਜ਼ਰਸ ਦੇ ਵੱਲੋਂ ਇਸ ਐਕਸ਼ਨ ਦੀ ਨਿੰਦਾ ਵੀ ਕੀਤੀ ਗਈ। ਜੋ ਮਾਲ ਵਾਲਿਆਂ ਨੇ ਬਜ਼ੁਰਗ ਨੂੰ ਧੋਤੀ ਪਾ ਕੇ ਅੰਦਰ ਜਾਣ ਤੋਂ ਰੋਕਿਆ ਤਾਂ ਇਸ ਦੇ ਯੂਜ਼ਰਸ ਨੇ ਕਾਫੀ ਭੜਾਸ ਵੀ ਕੱਢੀ। ਉਹਨਾਂ ਦਾ ਕਹਿਣਾ ਸੀ ਕਿ ਮਾਲ ਵਾਲੇ ਆਪਣੀ ਗਲਤੀ ਨੂੰ ਸੁਧਾਰਨ ਤੇ ਦੁਬਾਰਾ ਅਜਿਹੀ ਹਰਕਤ ਨਾ ਕਰਨ।